ਸਤਿ ਸ਼੍ਰੀ ਅਕਾਲ ਜੀ, ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੇ ਅੱਜ ਮੈਂ ਇੱਕ ਵਕੀਲ ਦੇ ਤੌਰ ਤੇ ਨਹੀਂ, ਇੱਕ ਕਿਸਾਨ ਦੀ ਧੀ ਦੇ ਤੌਰ ਦੇ ਉੱਤੇ ਤੁਹਾਡੇ ਨਾਲ ਦੋ ਚਾਰ ਗੱਲਾਂ ਕਰਨੀਆਂ ਨੇ। ਜਿਹੜਾ ਆਰਡੀਨੈਂਸ ਆਇਆ ਫਾਰਮਰਸ ਦਾ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ। ਸੋ ਉਹਦੇ ਬਾਰੇ ਮੈਂ ਬਹੁਤੀ ਕੋਈ ਡਿਟੇਲ ਦੇ ਵਿੱਚ ਜਾ ਕੇ ਗੱਲ ਨਹੀਂ ਕਰਨੀ। ਸਾਨੂੰ ਸਭ ਨੂੰ ਪਤਾ ਹੀ ਆ ਕਿ ਉਹ ਕਿਸਾਨਾਂ ਦੇ ਲਈ ਕਿੱਡਾ ਮਾਰੂ ਜਿਹੜਾ ਹੈਗਾ ਆ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਆ ਲੋਕ ਸਭਾ ਅਤੇ ਰਾਜ ਸਭਾ ਵੱਲੋਂ ਉਹ ਪਾਸ ਕੀਤਾ ਗਿਆ ਆ। ਪਰ ਜੇ ਅਸੀਂ ਡੱਟ ਕੇ ਉਸ ਚੀਜ਼ ਦਾ ਵਿਰੋਧ ਕਰਾਂਗੇ, ਅਸੀਂ ਡੱਟ ਕੇ ਮਜ਼ਦੂਰ ਅਤੇ ਕਿਸਾਨਾਂ ਦੀ ਜਿਹੜੀ ਏਕਤਾ ਆ ਉਹਦੀ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ, ਤਾਂ ਯਕੀਨ ਮੰਨਿਓ ਜਦੋਂ ਅਸੀਂ ਸਾਰੇ ਜਾਣੇ ਡਟੇ ਹੋਵਾਂਗੇ ਕਿ ਅਸੀਂ ਪੰਜਾਬ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਵਾਂਗੇ, ਜਾਂ ਅਸੀਂ ਸਾਰੇ ਜਾਣੇ ਡਟੇ ਹੋਏ ਹਾਂ ਕਿਸਾਨ ਮਜ਼ਦੂਰ ਏਕਤਾ ਦੇ ਲਈ, ਤਾਂ ਯਕੀਨ ਮੰਨਿਓ ਕਿ ਇਹ ਕਾਨੂੰਨ ਵਾਪਸ ਲਿਆ ਜਾਏਗਾ। ਇਹਦਾ ਕੋਈ ਕੋਰਟ ਦੇ ਵਿੱਚੋਂ ਸਾਨੂੰ ਹੱਲ ਨਹੀਂ ਮਿਲਣਾ ਹੈਗਾ, ਕਿਉਂਕਿ ਪਹਿਲਾਂ ਵੀ ਗੱਲ ਦੱਸੀ ਆ ਕਿ ਅੱਜ ਦੇ ਟਾਈਮ ਦੇ ਵਿੱਚ ਸਾਡੀ ਜਿਹੜੀ ਜੁਡੀਸ਼ਰੀ ਆ ਉਹ ਇੰਡੀਪੈਂਡੈਂਟ ਨਹੀਂ ਰਹੀ ਹੈਗੀ। ਜੁਡੀਸ਼ਰੀ ਵੀ ਅੱਜ ਕੱਲ੍ਹ ਮੋਦੀ ਦੀ ਹੀ ਰਾਗ ਆ ਜਿਹੜਾ ਅਲਾਪਦੀ ਆ। ਸੋ ਜੇ ਅਸੀਂ ਇਕੱਠੇ ਹੋ ਕੇ ਇਸ ਚੀਜ਼ ਦੇ ਵਿਰੁੱਧ ਅੱਜ ਵੀ ਨਹੀਂ ਉੱਠਾਂਗੇ ਤਾਂ ਕਦੇ ਵੀ, ਮਤਲਬ ਇਹ ਸੋਚ ਲਓ ਕਿ ਫਿਰ ਅਸੀਂ ਖੇਰੂ ਖੇਰੂ ਹੋ ਜਾਵਾਂਗੇ, ਫਿਰ ਸਾਡਾ ਨਾਮੋ ਨਿਸ਼ਾਨ ਆ ਜਿਹੜਾ ਉਹ ਮਿਟਾ ਦਿੱਤਾ ਜਾਊਗਾ। ਸਾਡੀ ਜਿਹੜੀ ਹੋਂਦ ਆ ਉਹਦੇ 'ਤੇ ਸਵਾਲੀਆ ਨਿਸ਼ਾਨ ਤਾਂ ਪਹਿਲਾਂ ਹੀ ਲੱਗ ਚੁੱਕਿਆ ਆ। ਜਦੋਂ ਮੋਦੀ ਸਰਕਾਰ ਨੇ ਕਸ਼ਮੀਰ ਦੇ ਵਿਰੁੱਧ ਆਪਦਾ ਝੰਡਾ ਬੁਲੰਦ ਕੀਤਾ ਸੀ, ਉਦੋਂ ਕਿਸੇ ਵੀ ਲੋਕਾਂ ਨੇ ਕੋਈ ਖਾਸ ਆਵਾਜ਼ ਨਹੀਂ ਬੁਲੰਦ ਕੀਤੀ, ਅਤੇ ਹੁਣ ਵਾਰੀ ਪੰਜਾਬ ਦੀ ਆ। ਅਤੇ ਜੇ ਪੰਜਾਬ ਅੱਜ ਵੀ ਸੁੱਤਾ ਰਿਹਾ ਅਤੇ ਮੋਦੀ ਸਰਕਾਰ ਆਪਦੀਆਂ ਚਾਲਾਂ ਦੇ ਵਿੱਚ ਸਫਲ ਹੁੰਦੀ ਰਹੀ, ਤਾਂ ਯਕੀਨ ਮੰਨਿਓ ਕਿ ਸਾਡੀ ਹੋਂਦ ਆ ਜਿਹੜੀ ਇੰਨੇ ਸਾਲਾਂ ਤੋਂ ਸਾਡੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਚੱਲ ਰਹੀ ਆ, ਉਹਦੇ ਵਿੱਚ ਇਹ ਪੂਰੀ ਤਰ੍ਹਾਂ ਸਕਸੈਸਫੁਲ ਹੋ ਜਾਣਗੇ। ਸੋ ਕਿਉਂਕਿ ਜਿਹੜੀ ਸਾਡੀ ਕਿਸਾਨੀ ਆ ਉਹ ਸਾਡੀ ਰੀੜ੍ਹ ਦੀ ਹੱਡੀ ਆ, ਜੇ ਸਾਡੀ ਕਿਸਾਨਾਂ ਨੂੰ ਹੀ ਖਤਮ ਕਰ ਦਿੱਤਾ ਜਾਊਗਾ। ਜੇ ਤੁਸੀਂ ਇਸ ਕਾਨੂੰਨ ਨੂੰ ਬਹੁਤ ਚੰਗੀ ਤਰ੍ਹਾਂ ਪੜ੍ਹੋਗੇ, ਹੁਣ ਤੱਕ ਤਾਂ ਅਵੇਅਰਨੈਸ ਆ ਚੁੱਕੀ ਆ, ਠੀਕ, ਅਤੇ ਪੜ੍ਹੋਗੇ ਨਾ ਪਤਾ ਲੱਗੇਗਾ ਕਿ ਇਹ ਬਿਲਕੁਲ ਹੀ ਸੱਚੀ, ਜਿਹੜਾ ਬਿਲਕੁਲ ਹੀ ਜਿਹੜੇ ਹੈਗੇ ਆ ਕਿਸਾਨੀ ਆ ਉਹਨੂੰ ਖਤਮ ਕਰ ਦੇਗਾ। ਸੋ ਪੂਰੇ ਭਾਰਤ ਦੇ ਵਿੱਚੋਂ ਇਸ ਚੀਜ਼ ਦਾ ਵਿਰੋਧ ਚੱਲ ਰਿਹਾ ਆ, ਠੀਕ ਆ। ਪੰਜਾਬੀਆਂ ਦੇ ਉੱਤੇ ਇਸ ਚੀਜ਼ ਦਾ ਖਾਸ ਕਰਕੇ ਅਸਰ ਹੋਣਾ ਹੈ। ਫਿਰ ਪੰਜਾਬੀ ਭਾਵੇਂ ਉਹ ਕਿਸੇ ਵੀ ਧਰਮ ਜਾਤ ਦੇ ਹੋਣ, ਕਿਸੇ ਵੀ ਵਰਗ ਦੇ ਹੋਣ, ਇਹ ਸਭ ਨੂੰ ਸਿੱਧੇ ਅਸਿੱਧੇ ਤੌਰ ਦੇ ਉੱਤੇ ਇਹ ਇਸ ਚੀਜ਼ ਨੇ ਅਸਰ ਕਰਨਾ ਹੈ। ਸੋ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਅਸੀਂ 25 ਤਰੀਕ ਨੂੰ, ਜਿਵੇਂ 25 ਤਰੀਕ ਨੂੰ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਪੰਜਾਬ ਬੰਦ ਦੀ ਕਾਲ ਕੀਤੀ ਆ, ਅਤੇ ਤਾਂ ਪੂਰੇ ਪੰਜਾਬ ਦੇ ਵਿੱਚ ਮਾਸ ਲੈਵਲ ਦੇ ਉੱਤੇ ਧਰਨੇ ਲਾਉਣ ਦੀ ਗੱਲ ਕੀਤੀ ਆ। ਉਸੇ ਤਰ੍ਹਾਂ ਅਸੀਂ ਵਕੀਲ ਭਾਈਚਾਰਾ ਅਤੇ ਜਿਹੜੇ ਸੋਸ਼ਲ ਵਰਕਰਸ ਨੇ ਅਤੇ ਸਟੂਡੈਂਟ ਜਥੇਬੰਦੀਆਂ ਨੇ ਉਹਨਾਂ ਨੇ ਮਿਲ ਕੇ ਡਿਸਾਈਡ ਕੀਤਾ ਆ ਕਿ ਅਸੀਂ ਸ਼ੰਭੂ ਬਾਰਡਰ 'ਤੇ ਜਿਹੜਾ NH ਹੈਗਾ ਆ, ਇਹ ਨੈਸ਼ਨਲ ਹਾਈਵੇ ਹੈਗਾ ਆ ਸ਼ੰਭੂ ਬਾਰਡਰ ਕੋਲ, ਉਹਨੂੰ ਅਸੀਂ ਬਿਲਕੁਲ ਬੰਦ ਕਰਾਂਗੇ, ਕਿਉਂਕਿ ਸ਼ੰਭੂ ਬਾਰਡਰ ਪੰਜਾਬ ਦੇ ਵਿੱਚ ਐਂਟਰੀ ਦਾ ਰਾਹ ਆ ਕਰਦੇ ਨੇ, ਅਤੇ ਅਸੀਂ ਉਹਨਾਂ ਲੁਟੇਰਿਆਂ ਨੂੰ ਪੰਜਾਬ ਦੇ ਵਿੱਚ ਐਂਟਰ ਨਹੀਂ ਕਰਨ ਦੇਣਾ। ਉਸ ਚੀਜ਼ ਦਾ ਸਾਡਾ ਇਹ ਸਿੰਬੋਲਿਕ ਇੱਕ ਪ੍ਰੋਟੈਸਟ ਹੋਏਗਾ, ਜਿਹਦੇ ਵਿੱਚ ਅਸੀਂ ਇਹ ਦੱਸਣਾ ਕਿ ਅਸੀਂ ਲੁਟੇਰੇ ਪੰਜਾਬ ਦੇ ਵਿੱਚ, ਦਿੱਲੀ ਸਰਕਾਰ ਨਾਲ ਇਹ ਪੰਗਾ ਲੈ ਕੇ ਕਿ ਹਾਂ ਅਸੀਂ ਪੰਜਾਬ ਦੇ ਵਿੱਚ ਲੁਟੇਰੇ ਐਂਟਰ ਨਹੀਂ ਕਰਨ ਦੇਣੇ। ਸੋ ਮੈਨੂੰ ਉਮੀਦ ਆ ਕਿ ਤੁਸੀਂ ਵੀ ਵੱਧ ਤੋਂ ਵੱਧ ਉੱਥੇ ਪਹੁੰਚੋਗੇ, ਜਿੰਨੇ ਵੀ ਉੱਥੇ ਜਿੰਨੇ ਵੀ ਮੈਨੂੰ ਸੁਣਦੇ ਨੇ ਜਾਂ ਜਿੰਨੇ ਵੀ ਪੰਜਾਬ ਦਾ ਦਰਦ ਰੱਖਦੇ ਨੇ, ਚੰਡੀਗੜ੍ਹ, ਮੋਹਾਲੀ, ਰਾਜਪੁਰਾ, ਪਟਿਆਲਾ, ਇੱਥੇ ਦੇ ਨੇੜੇ ਤੇੜੇ ਦੇ ਇਸ ਏਰੀਏ ਦੇ ਜਿਹੜੇ ਲੋਕ ਨੇ ਸ਼ੰਭੂ ਬਾਰਡਰ 'ਤੇ, ਹਰਿਆਣੇਵਿਆਂ ਨੂੰ ਵੀ ਮੈਂ ਇਹੀ ਬੇਨਤੀ ਕਰਦੀ ਹਾਂ ਕਿ ਪਲੀਜ਼ ਸ਼ੰਭੂ ਬਾਰਡਰ 'ਤੇ 25 ਤਰੀਕ ਨੂੰ 10 ਵਜੇ ਪਹੁੰਚੋ, ਤਾਂ ਕਿ ਅਸੀਂ ਉਹ ਰਾਹ ਬੰਦ ਕਰ ਸਕੀਏ ਜਿੱਥੋਂ ਲੁਟੇਰੇ ਪੰਜਾਬ ਦੇ ਵਿੱਚ ਐਂਟਰ ਕਰਦੇ ਨੇ। ਅਤੇ ਗੱਲ ਇਹ ਸਿਰਫ ਕਿਸਾਨਾਂ ਦੀ ਨਹੀਂ ਹੈਗੀ, ਇਹ ਸਿੱਧੇ ਅਸਿੱਧੇ ਤੌਰ 'ਤੇ ਪੰਜਾਬੀਆਂ ਦੇ ਸਾਰਿਆਂ ਦੇ ਨਾਲ ਹੀ ਜੁੜੀ ਹੋਈ ਹੈ, ਸਾਡੀ ਹੋਂਦ ਦੇ ਨਾਲ ਜੁੜੀ ਹੋਈ ਆ। ਅਤੇ ਅਸੀਂ ਆਪਣੀ ਹੋਂਦ ਬਚਾਉਣੀ ਆ, ਅਤੇ ਅਸੀਂ ਸਾਰਿਆਂ ਨੇ ਰਲ ਕੇ ਇਸ ਚੀਜ਼ ਦਾ ਵਿਰੋਧ ਕਰਨਾ ਆ। ਸੋ ਉਮੀਦ ਆ ਕਿ ਤੁਸੀਂ ਸਾਰੇ ਜਾਣੇ ਉੱਥੇ ਜ਼ਰੂਰ ਪਹੁੰਚੋਗੇ। ਸਤਿ ਸ਼੍ਰੀ ਅਕਾਲ ਜੀ।